ਆਪਣੀ ਮਰਜ਼ੀ ਨਾਲ ਕਰਾਉਣਾ ਵੀ ਕਰਨਾ ਹੀ ਹੁੰਦਾ, ਦੱਸ ਕੇ ਕਰਾਉਣਾ ਕਰਨਾ ਨਹੀਂ ਹੁੰਦਾ, ਅਸਲ ਤਾਂ ਕਰਦਾ ਉਹੀ ਜਿਹੜਾ ਦੱਸ ਕੇ ਕਰਾਉਂਦਾ। ਤਾਂ ਹੀ ਪੁਰਨ ਪਾਪ ਨਹੀਂ ਹੈ ਭਗਤ ਮਨ ਦੇ, ਕਰਾਉਂਦਾ ਉਹ ਹੈ ਪੁੱਠਾ ਹੋਵੇ ਜਾਂ ਸਿੱਧਾ ਹੋਵੇ, ਜਾਂ ਕਰਾਉਂਦਾ ਉਹ ਹੈ ਵੀ ਸਾਨੂੰ ਪੁਰਨ ਪਾਪ ਕਹਿੰਦਾ ਹੋਇਆ, ਆਪ ਨਹੀਂ ਕਰਦਾ, ਚਾਹੇ ਪੈਦਾ ਕਰਦਾ ਹੈ ਚਾਹੇ ਪਾਲਣਾ ਕਰਦਾ ਹੈ ਚਾਹੇ ਮਾਰਦਾ, ਤਿੰਨੇ ਕੰਮ ਆਪ ਤਾਂ ਕਰਦਾ ਨਹੀਂ, ਕਮਾਇਆ ਤਿੰਨਾਂ ਦੇ ਵਿੱਚ ਮਾਇਆ ਇਨਵੋਲਵ ਹੈ। ਬਈ ਦੁੱਧ ਕਿਸੇ ਚੀਜ਼ ਨੂੰ ਖੁਰਾਕ ਦੇਣੀ ਹੈ ਉਹ ਵੀ ਮਾਇਆ ਦੀ ਹੈ, ਪੈਦਾ ਕਰਨਾ ਤਾਂ ਵੀ ਮਾਇਆ ਸਰੀਰ, ਮਾਰਨਾ ਤਾਂ ਵੀ, ਤਿੰਨੇ ਕੰਮ ਆਪ ਨਹੀਂ ਕਰਦਾ, ਕਰਾਉਣਾ ਆਪਣੀ ਮਰਜ਼ੀ ਨਾਲ ਹੈ। ਇਸ ਕਰਕੇ ਪੁੰਨ ਪਾਪ ਹੈ ਨਹੀਂ, ਜਿਹਨਾਂ ਨੂੰ ਪੂਰਾ ਗਿਆਨ ਉਹ ਤਾਂ ਮੰਨਦੇ ਨਹੀਂ, ਦੂਏ ਮੰਨ ਲੈਂਦੇ ਨੇ, ਉਹ ਮੰਨਦੇ ਉਹ ਵੀ ਨੇ ਵੀ ਕਰਾਉਂਦਾ ਉਹੀ ਹੈ, ਪਰ ਕਮਜ਼ੋਰ ਇੰਨੇ ਨੇ, ਉਹਨਾਂ ਦਾ ਮਨ ਇੰਨਾ ਕਮਜ਼ੋਰ ਹੈ, ਭਰੋਸਾ ਨਹੀਂ ਇਸ ਗੱਲ 'ਤੇ। ਮੰਨਣਾ ਹੋਰ ਗੱਲ ਹੈ, ਭਰੋਸਾ ਹੋਣਾ ਹੋਰ ਗੱਲ ਹੈ, ਭਰੋਸਾ ਕਿਉਂ ਨਹੀਂ ਹੈ ਉਹਨਾਂ ਨੂੰ, ਉਹਨਾਂ ਨੇ ਪੂਰਾ ਦਰਸ਼ਨ ਨਹੀਂ ਹੋਇਆ ਉਹਨਾਂ ਨੂੰ ਵੀ, ਹਾਂ ਕਰਦਾ, ਪੂਰੀ ਤਸੱਲੀ ਨਹੀਂ ਕਰਾਈ ਉਹਨਾਂ ਦੀ, ਮਤ ਨੇ ਪੂਰੀ ਤਸੱਲੀ ਨਹੀਂ ਕਰਾਈ। ਦੋਹੀ ਪਾਸੀ ਮਤ ਕਹੀ ਜਾਂਦੀ ਹੈ ਉਹਨਾਂ ਦੀ, ਦੂਏ ਪਾਸੇ ਵੀ ਕਹੀ ਜਾਂਦੀ ਹੈ, ਪੁੰਨ ਪਾਪ ਵੀ ਮੰਨੀ ਜਾਂਦੀ ਹੈ, ਮਤ ਜਿਹੜੀ ਮਤ ਉਹਨਾਂ ਨੇ ਪੜ੍ਹੀ ਉਹ 'ਚ ਪੁੰਨ ਪਾਪ ਵੀ ਮੰਨਿਆ ਹੋਇਆ, ਸਾਡੇ ਮਤ 'ਚ ਪੁੰਨ ਪਾਪ ਬਿਲਕੁਲ ਨਹੀਂ ਮੰਨਿਆ ਹੋਇਆ, ਪਰ ਸਾਡੇ ਜਿਹੜੇ ਟੀਕਾਕਾਰ ਨੇ ਪੁੰਨ ਪਾਪ ਮੰਨਦੇ ਨੇ, ਉਹਦੀ ਵਜ੍ਹਾ ਕਿ ਪੰਡਿਤ ਨੇ ਅਰਥ ਕੀਤੇ ਹੋਏ, ਪੰਡਿਤ ਦੀ ਮਤ ਪੁੰਨ ਪਾਪ ਵਾਲੀ ਹੈ, ਉਹਨੇ ਪੰਡਿਤ ਨੇ ਸਾਨੂੰ ਅਰਥ ਕਰਕੇ ਦੇ ਦਿੱਤੇ ਪੁੰਨ ਪਾਪ ਵਾਲੇ, ਉਹਨਾਂ ਨੂੰ ਅਸੀਂ ਸੱਚ ਮੰਨਿਆ ਹੋਇਆ। ਸੰਤ ਤਾਂ ਪੁੰਨ ਪਾਪ ਦੇ ਵਿੱਚੋਂ ਹੀ ਆਏ ਹੋਏ ਨੇ, ਜਿੰਨੇ ਸੰਤ ਨੇ ਵਾਲਾ ਵੀ ਲੈ ਕੇ ਆਏ ਨੇ, ਧੋਤੀ ਟਿੱਕਾ ਪਿੱਛੇ ਛੱਡਿਆ, ਧੋਤੀ ਟਿੱਕਾ ਨਹੀਂ ਸੀ ਨਾ ਰਲਦਾ, ਕਹਿੰਦੇ ਵਾਲਾ ਤਾਂ ਕੋਈ ਇਤਰਾਜ਼ ਨਹੀਂ, ਧੋਤੀ ਟਿੱਕਾ ਅਸੀਂ ਬਣ ਨਹੀਂ ਦੇਣਾ ਸਿੱਖਾਂ, ਵਾਲਾ ਤਾਂ ਨਹੀਂ ਇਤਰਾਜ਼ ਕੀਤਾ ਬਹੁਤਾ, ਵਾਲਾ ਦੀ ਹਾਲਾਂਕਿ ਵਾਲਾ ਦੀ ਖੰਡਨ ਕੀਤਾ ਗੁਰਬਾਣੀ ਨੇ, ਧੋਤੀ ਟਿੱਕੇ ਤਾਂ ਬਿਲਕੁਲ ਗੱਲ ਸੀ ਨਾ, ਪੰਡਿਤ ਨਾਂ ਦਾ ਸਰਬਰਮਾ ਵੈਰ ਸੀ ਨਾ ਭਗਤਾਂ ਦਾ, ਪੰਡਿਤ ਵਾਲੀ ਸਿਰ ਮਾਲਾ ਮਾਲਾ ਵਾਲ ਲਈ, ਮਾਲਾ ਨੇ ਵਿਚਾਰਧਾਰਾ ਖਤਮ ਕਰਤੀ, ਵਿਚਾਰਧਾਰਾ ਮਾਲਾ ਤੇ ਖੜੀ ਹੈ ਨਾ। ਦੇਖੋ ਧੋਤੀ ਟਿੱਕੇ ਦਾ ਸਿਰਫ ਡਰੈਸ ਨਾਲ ਸੰਬੰਧ ਹੈ ਸਰੀਰ ਨੂੰ, ਮਾਲਾ ਦਾ ਸੰਬੰਧ ਹੈ ਜਾਪ ਤਾਪ ਨੂੰ, ਉਹ ਜਾਪ ਤਾਪ ਹੀ ਵਿਗਾੜਦਾ ਸਾਡਾ ਮਾਲਾ ਨੂੰ, ਮੰਤਰ ਤੰਤਰ ਦੋਏ ਵਿਗਾੜਤੇ, ਮੰਤਰ ਔਰ ਤੰਤਰ ਦੇ ਵਿੱਚ ਸਾਨੂੰ ਲਾਤਾ ਜਾ ਕੇ, ਰਸਤਾ ਬਦਲਤਾ ਉੱਥੋਂ, ਉਹਨਾਂ ਨੂੰ ਸਮਝ ਸੀ ਵੀ ਕਿਵੇਂ ਬਦਲਿਆ, ਇਹਨਾਂ ਨੂੰ ਸਾਰਿਆਂ ਨੂੰ ਤਾਂ ਪਤਾ ਹੀ ਨਹੀਂ ਸਿੱਖੀ ਕੀ ਹੁੰਦੀ ਹੈ, ਇਹ ਤਾਂ ਰੌਲਾ ਹੀ ਪਾਈ ਜਾਂਦੇ ਵਿਦਵਾਨ ਐਵੇਂ ਖਾਮ ਖਾ ਦਾ, ਇਹਨਾਂ ਨੂੰ ਪਤਾ ਹੀ ਕੁਛ ਨਹੀਂ, ਧਰਮ ਬਾਰੇ ਏ ਬੀ ਸੀ ਦਾ ਵੀ ਨਹੀਂ ਪਤਾ ਇਹਨੂੰ, ਧਰਮ ਹੁੰਦਾ ਕੀ ਹੈ, ਉਹ ਜਿਹੜਾ ਇਹਨੇ ਵਿਗਾੜਿਆ ਉਹ ਬਹੁਤ ਸ਼ਾਤਰ ਨੇ, ਉਹਨਾਂ ਨੂੰ ਪਤਾ ਧਰਮ ਕੀ ਹੁੰਦਾ, ਵਾਲਾ ਲਿਆ ਕੇ ਬਣਦੀ ਉਹ ਕਿੱਥੇ ਆ, ਜਪਾ ਜਾਪ ਹੈ ਸਾਡੇ ਜਿਹੜੇ ਜਪਣਾ ਹੀ ਨਹੀਂ ਹੈ, ਕਿੱਥੇ ਅਨਾਮ ਹੈ, ਨਾਮ ਹੀ ਨਹੀਂ ਕੋਈ, ਬਈ ਜਪਣਾ ਕੀ ਹੈ ਜਾਂ ਨਾਮ ਨਹੀਂ ਕੋਈ, ਨਮਸਤਕ ਨਾਮ ਹੈ ਜਿਹਦਾ ਕੋਈ ਨਾਂ ਹੈ ਨਹੀਂ, ਉਹ ਜਪਣਾ ਕੀ ਹੈ, ਬਾਵਜੂਦ ਸਭ ਕਾਸੇ ਦੇ ਪਾਤੇ ਉਲਟੇ ਰਸਤੇ, ਨਾਲੇ ਇਹਨਾਂ ਕੋਲ ਕਿਹੜਾ ਇੰਨਾ ਟਾਈਮ ਹੈ, ਇਹਨਾਂ ਨੇ ਕਰਨਾ ਵੀ ਕੀ ਹੈ, ਗੁਰਦੁਆਰੇ ਜਾਂਦੇ ਨੇ ਆਪਣੇ ਹੋਰੇ ਕੁਛ ਕਰਕੇ ਮੁੜੇ ਆਉਂਦੇ ਨੇ, ਸਾਰਾ ਸਿਆਸਤ ਹੈ ਖੜੀ ਹੈ ਸਿੱਖੀ, ਕੁਛ ਨਹੀਂ ਹੋਰ, ਗੁਰਦੁਆਰੇ ਜਾਏ ਉੱਥੇ ਵੀ ਸਿਆਸਤ ਹੈ, ਪ੍ਰਧਾਨੀਆਂ ਦੇ ਰੌਲੇ ਨੇ ਜਾਂ ਗੋਲਕ ਦੇ ਰੌਲੇ ਨੇ, ਗੁਰਬਾਣੀ ਦੀ ਕੋਈ ਗੱਲੇ ਨਹੀਂ ਹੈ, ਚੌਧਰ ਦੀ ਗੱਲ ਹੈ, ਆ ਵਿਦਵਾਨਾਂ 'ਚ ਵੀ ਇਹੀ ਚੌਧਰ ਦੀ ਗੱਲ ਹੈ, ਗੁਰਮਤ ਦੀ ਗੱਲ ਕਿਤੇ ਨਹੀਂ, ਇਹ ਆ ਰਹਿਤ ਮਰਿਆਦਾ ਦੀ ਗੱਲ ਹੈ, ਰਹਿਤ ਦੀ ਨਹੀਂ, ਕੱਲ੍ਹ ਮਰਿਆਦਾ ਦੀ ਹੈ, ਰਹਿਤ ਦੀ ਤਾਂ ਹੈ ਉਹ ਨਹੀਂ, ਰਹਿਤ ਤਾਂ ਨਾਲ ਲਾ ਲੈਂਦੇ ਨੇ, ਮੇਨ ਗੱਲ ਮਰਿਆਦਾ ਹੈ, ਮਰਿਆਦਾ ਇੱਕੋ ਜਿਹੀ ਨਹੀਂ ਹੈ ਜੀ, ਮਰਿਆਦਾ ਨਹੀਂ ਜੀ ਮੰਨਦੇ ਸੰਤ ਅਕਾਲ ਤਖ਼ਤ ਦੀ, ਗੁਰੂ ਘਰ 'ਚ ਤਾਂ ਮਰਿਆਦਾ ਕੋਈ ਹੁੰਦੀ ਉਹ ਨਹੀਂ ਮੰਨਣ ਸੁਆ, ਮਰਿਆਦਾ ਸੰਤਾਂ ਦੀ ਹੁੰਦੀ ਹੈ, ਮਰਿਆਦਾ ਤਾਂ ਸਾਨੂੰ ਵੰਡਣ ਨਹੀਂ ਦੇਣੀ ਚਾਹੀਦੀ ਸੀ, ਜੇ ਮਰਿਆਦਾ ਅਸੀਂ ਨਾ ਵੜਦੇ ਸੰਤ ਨਹੀਂ ਸੀ ਵੜ ਸਕਦੇ ਸਾਡੇ 'ਚ, ਜਿੱਦਾਂ ਅਸੀਂ ਮਰਿਆਦਾ ਛੱਡਤੀ ਸੰਤ ਆਪੇ ਬਾਹਰ ਨਿਕਲ ਜਾਣਗੇ, ਸੰਤਾਂ ਨੂੰ ਸਿੱਖ ਬਣਨਾ ਪੈ ਜੂਗਾ ਜਿੱਦਣ ਮਰਿਆਦਾ ਛੱਡਤੀ, ਰਹਿਤ ਤੇ ਆ ਗਏ, ਇਕੱਲੀ ਗੁਰਬਾਣੀ ਦੇ ਅਰਥਾਂ 'ਤੇ ਆ ਗਏ, ਇਹ ਰਹਿਤ ਹੈ, ਗੁਰਬਾਣੀ ਅਨੁਸਾਰ ਜੀਵਨ ਜਿਉਣਾ ਰਹਿਤ ਹੈ, ਮਰਿਆਦਾ ਦੀ ਕੋਈ ਲੋੜ ਨਹੀਂ ਹੈ,
ਬਾਣਾ ਬਚਕ ਸਨ ਤੇ ਚਿੱਟਾ ਪਾਈ ਜਾਣ, ਕੋਈ ਰੌਲਾ ਨਹੀਂ, ਕੋਈ ਗੱਲ ਨਹੀਂ ਪਾਈ ਜਾਣ, ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਨਹੀਂ। ਨਾਨਕ ਨੇ ਕਿਹਾ ਵੀ ਤੂੰ ਕੇਸ ਰੱਖ ਜਾਂ ਕੁਛ ਕਰ, ਕੁਛ ਨਾ ਕਰ, ਉਹਨੂੰ ਵਿਚਾਰਧਾਰਾ ਬਦਲਤੀ, ਵਿਚਾਰਧਾਰਾ ਦਾ ਰੌਲਾ, ਵਿਚਾਰਧਾਰਾ ਬਦਲ ਦਿਓ, ਭੇਸ ਕੋਈ ਕੈਸਾ ਹੀ ਰੱਖੇ, ਭੇਸ ਤਾਂ ਇੱਥੇ ਆ ਗਿਆ, ਨਾਰੇ ਨਾਰੇ ਦੇਸਾਂ ਦੇ ਭੇਸ ਨੇ, ਪਏ ਰਹਿਣ ਭੇਖਾਂ ਦੀ ਕੋਈ ਗੱਲ ਨਹੀਂ। ਕੇਸ ਵੀ ਰੱਖਣ ਦੀ ਕੋਈ ਪਹਿਲੇ ਸ਼ਰਤ ਲਾਉਣ ਦੀ ਸਾਨੂੰ ਲੋੜ ਨਹੀਂ ਹੈ। ਕੋਈ ਬੁੱਢੀਆ ਕੋਈ ਸੰਨਿਆਸੀ ਹੈ, ਸਾਰੇ ਸਾਰੇ ਨੂੰ ਉਪਦੇਸ਼ ਕੀਤਾ ਹੋਇਆ ਗੁਰਬਾਣੀ ਨੇ, ਤਾਂ ਗੁਰਬਾਣੀ ਨੇ ਮੁਸਲਮਾਨਾਂ ਨੂੰ ਵੀ ਉਪਦੇਸ਼ ਕੀਤਾ, ਇਹ ਥੋੜ੍ਹੀ ਕਿਹਾ ਵੀ ਤੁਸੀਂ ਮੁੱਛਾਂ ਕਿਉਂ ਕਟਾਉਂਦੇ ਹੋ, ਵਿਚਾਰਧਾਰਾ ਬਦਲ ਦਿਓ, ਜਾਂ ਵਿਚਾਰਧਾਰਾ ਬਦਲੀ ਜਾਊਗੀ ਫਿਰ ਆਪੇ ਹੀ ਛੱਡ ਦੇਣਗੇ, ਬਾਅਦ ਵਾਲੀ ਗੱਲ ਆਪੇ ਛੱਡਣ ਦੀ ਹੈ। ਵਿਚਾਰਧਾਰਾ ਬਦਲਣ ਤੁਹਾਨੂੰ ਹੈ ਕੱਖ ਨਹੀਂ, ਰਹਿਤ ਮਰਿਆਦਾ ਕਹਿੰਦੇ ਉਹ ਦੇਣ ਨੂੰ ਕੀ ਹੈ। ਤੁਸੀਂ ਭਾਂਡੇ ਬਣਾ ਬਣਾ ਰੱਖ ਲਏ, ਪਾਉਣ ਨੂੰ ਕੀ ਹੈ, ਵਿੱਚ ਪਾਵੋਗੇ ਕੀ, ਪਾਉਣ ਵਾਲੀ ਚੀਜ਼ ਚਾਹੀਦੀ, ਪਹਿਲਾਂ ਵਿੱਚ ਪਾ ਦਿਓ ਕੁਛ ਲੈਵਲ, ਬਾਅਦ ਚ ਲਾ ਲਿਓ। ਜਿਹਦੇ ਵਿੱਚ ਪਾਤਾ ਸੀ ਨਾ ਕੁਛ ਦਸਮ ਪਾਤਸ਼ਾਹ ਨੇ, ਉਹ ਕਹਿੰਦਾ ਮੈਨੂੰ ਅੰਮ੍ਰਿਤ ਛਕਾਓ, ਆਪ ਕਹਿੰਦਾ ਬੁੱਧੂ ਸ਼ਾਹ ਕਹਿੰਦੇ ਨੇ ਮੈਨੂੰ ਉਪਰ ਛਕਾ ਦਿਓ, ਦੋ ਜਵਾਈ ਆ ਦੋ ਮੁੰਡੇ ਸ਼ਹੀਦ ਹੋ ਗਏ ਉਹਦੇ, ਮਜ਼ਾਕ ਦੀ ਗੱਲ ਨਹੀਂ ਹੈ ਕਹਿ ਦੇਣੀ, ਚਾਰ ਬੰਦੇ ਘਰ ਦੇ ਸ਼ਹੀਦ ਹੋ ਜਾਣ ਪਹਾਣੀ ਸਾਹਿਬ ਦੇ ਜੰਗ ਦੇ ਵਿੱਚ, ਦੋ ਜਵਾਈ ਦੋ ਉਹਦੇ ਮੁੰਡੇ, ਚਾਰ ਬੰਦੇ ਸ਼ਹੀਦ ਹੋ ਗਏ, ਕੋਈ ਨਹੀਂ ਉਹਨੂੰ ਪਰਵਾਹ, ਇਸ ਗੱਲ ਦੀ ਨਹੀਂ ਗੱਲ ਪਰਵਾਹ ਕੀਤੀ, ਪਰ ਕਹਿੰਦਾ ਮੈਨੂੰ ਅੰਮ੍ਰਿਤ ਦੇ ਦਿਓ, ਕਹਿੰਦੇ ਹੋਰ ਕੁਛ ਮੰਗ ਲੈ, ਇਹਦੀ ਤੈਨੂੰ ਲੋੜ ਨਹੀਂ ਹੈ, ਇਹਦੀ ਲੋੜ ਨਹੀਂ ਹੈ ਤੈਨੂੰ। ਉਹ ਕਹਿੰਦਾ ਫਿਰ ਆ ਤਾਂ ਕੰਬਾ ਠੀਕ ਆ ਵਾਲ ਕਰਦੇ, ਕਹਿੰਦੇ ਫਿਰ ਆ ਵਾਲ ਦੇ ਦਿਓ, ਦੋ ਕੰਬੇ ਦੇ ਵਾਲ ਦੇ ਦਿਓ, ਦੇਖੋ ਹੋਰ ਕੁਛ ਨਹੀਂ ਮੰਗਿਆ। ਉਹ ਕਹਿੰਦਾ ਫਿਰ ਤੈਨੂੰ ਮੰਗ ਲੈਣਾ, ਹੁਣ ਵਾਲ ਲੈ ਲੈ ਦੋ, ਫਿਰ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਬਸ ਤੈਨੂੰ ਹੀ ਮੰਗ ਲੈਣਾ, ਬਸ ਹੋਰ ਕੀ ਮੰਗਣਾ, ਫਿਰ ਦੋ ਵਾਲ ਸੀ ਦੋ ਲੈ ਲੈ, ਕਹਿੰਦਾ ਇਹੀ ਠੀਕ ਨੇ, ਜਾਣੀ ਉਹ ਗੱਲ ਮੰਨ ਲਈ ਵੀ ਹਾਂ ਮੈਂ ਠੀਕ ਹਾਂ। ਗੱਲ ਵਿਚਾਰਧਾਰਾ ਨੇ ਸਿਰੇ ਲਾਉਣਾ, ਬਾਣੀ ਨੇ ਸਿਰੇ ਨਹੀਂ ਲਾਉਣਾ, ਬਾਣੀ ਨੇ ਸਿਰੇ ਲਾਉਣਾ ਭਗਤਾਂ ਦੇ, ਭਗਤ ਕਿਆ ਸਿਰੇ ਨਹੀਂ ਲੱਗੇ, ਕਿਆ ਪਾਬੰਦੀ ਲਾਈ ਆ ਭਗਤਾਂ ਨੇ ਕਿਤੇ, ਉਹ ਬਾਅਦ ਦੀਆਂ ਗੱਲਾਂ ਨੇ ਪਾਬੰਦੀ ਵਾਲੀਆਂ, ਦੋਵੇਂ ਗੁਰੂਆਂ ਨੇ ਕੋਈ ਪਾਬੰਦੀ ਲਾਈ ਕਿਸੇ 'ਤੇ, ਦਸਵੇਂ ਨੇ ਅੱਗੇ ਲਾਈ ਹੈ ਨਾ, 200 ਸਾਲ ਕੀ ਕਰਦੇ ਰਹੇ ਫਿਰ, 200 ਸਾਲ ਤੱਕ ਪਾਬੰਦੀ ਨਹੀਂ ਲਾਈ ਕਿਸੇ ਨੇ ਕੁਛ, ਬਲਕਿ ਜੇ ਆਪਾਂ ਚਲੋ ਵਿੱਚ ਕੱਢ ਦਿੰਦੇ 30 ਸਾਲ ਜਾਂ ਸਟਾਰਟ ਹੋਈ ਹੈ ਗੱਲ ਗੁਰੂ ਨਾਨਕ ਨੇ ਕੀਤੀ ਹੈ, 30 ਸਾਲ ਜੇ ਕੱਢ ਵੀ ਦਈਏ ਤਾਂ ਵੀ 240 ਸਾਲ ਬਣਦੇ ਨੇ, 10 ਸਾਲ ਪਹਿਲਾਂ ਹੀ ਉਹਨਾਂ ਨੇ ਉੱਪਰ ਛਕਾਇਆ, 200 ਸਾਲ ਕਿੱਥੇ ਗਏ, 200 ਸਾਲ ਕਿਸੇ ਨੇ ਬਾਣੀ ਦੀ ਗੱਲ ਨਹੀਂ ਕੀਤੀ, ਬਾਣੀ ਦੀ ਗੱਲ ਕੀਤੀ ਭਗਤਾਂ ਨੇ, ਬਾਣੀ ਦੀ ਗੱਲ ਨਹੀਂ ਕੀਤੀ, ਬਾਣੀ ਦੀ ਗੱਲ ਕੀਤੀ, ਬਾਣੀ ਦੀ ਛੱਡਤੀ, ਬਾਣੀ ਦੇ ਮਗਰ ਪੈ ਗਏ ਤੁਸੀਂ ਇਕੱਲੇ ਦੇ, ਬਾਣੇ ਨੇ ਪਾਰ ਨਹੀਂ ਲਾਉਣਾ, ਤਲਵਾਰ ਨੇ ਪਾਰ ਨਹੀਂ ਲਾਉਣਾ, ਤਲਵਾਰ ਨੇ ਝਗੜੇ ਕਰਨੇ ਨੇ ਤੁਹਾਡੇ, ਆਪਸ ਵਿੱਚ ਵੀ ਝਗੜੇ ਹੋਣੇ ਨੇ, ਇਹ ਮਾਇਆ ਰੂਪ ਹੈ ਸਾਰਾ, ਤਲਵਾਰ ਤਾਂ ਮਾਇਆ ਦੀ ਹੈ, ਲੋਹੇ ਦੀ ਹੈ, ਨਿਰਾਕਾਰੀ ਖੜ ਕਿੱਥੇ ਗਈ, ਗਿਆਨ ਖੜ ਦੀ ਗੱਲ ਕਰੋ, ਲੋਹੇ ਦੀ ਛੱਡ ਦਿਓ, ਲੋਹੇ ਦੀ ਲੋੜ ਹੀ ਨਹੀਂ ਤੁਹਾਨੂੰ, ਹੈ ਲੋਹੇ ਦੀ ਜਾਂ ਲੋੜ ਪਊਗੀ, ਹੁਣ ਬਹੁਤ ਕੁਛ ਹੋਰ ਬਣ ਗਿਆ, ਇਹ ਤਾਂ ਛੋਟੀ ਨਾਲ ਵੀ ਸਰਜੂ, ਹੋਰ ਪਸਤੌਲ ਬਣ ਗਏ, ਬਥੇਰਾ ਕੁ ਬਣ ਗਿਆ, ਸ਼ਸਤਰ ਹੈ ਨਾ, ਔਰ ਤੇ ਸ਼ਸਤਰ ਹੈ।